ਡਾਕਟਰ ਗਿਆਨੀ ਜ਼ੈਲ ਸਿੰਘ ਭਾਰਤ ਦੇ ਇਤਿਹਾਸ ਦਾ ਉਹ ਪੜਾਅ ਹੈ ਜਿਸ ਨੂੰ ਨਿਹਾਰਦਿਆਂ ਧਰਮ ਤੇ ਰਾਜਨੀਤੀ ਦੇ ਸੁਮੇਲ ਦੀਆਂ ਗੁੱਝੀਆਂ ਰਮਜ਼ਾਂ ਨੂੰ ਫਰੋਲਣ ਤੇ ਸਮਝਣ ਦੇ ਨਵੇਂ ਪਾਸਾਰ ਉਜਾਗਰ ਹੁੰਦੇ ਨੇ। ਇਹ ਦਸਤਾਵੇਜ਼ੀ ਫਿਲਮ ਉਹਨਾਂ ਦੀ ਦੂਰਅੰਦੇਸ਼ੀ, ਉਹਨਾਂ ਦੀ ਕੁਰਬਾਨੀ ਤੇ ਕਾਰਜਾਂ ਨੂੰ ਅੱਜ ਦੇ ਸੰਦਰਭ ਵਿੱਚ ਨਿਹਾਰਨ ਦਾ ਯਤਨ ਹੈ। Gyani Zail Singh Foundation has produced this documentary based on different photographs, videography and documents available with the foundation. This documentary depicts different aspects of his life during freedom struggle, after 1947, his contribution to build new India as the Chief Minister of Punjab, Union Home Minister and President of India. ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ 7ਵੇਂ ਰਾਸ਼ਟਰਪਤੀ ਵਜੋਂ ਅਚਾਨਕ ਸਾਹਮਣੇ ਆਏ ਡਾਕਟਰ ਗਿਆਨੀ ਜ਼ੈਲ ਸਿੰਘ ਭਾਰਤ ਭੂਮੀ ਦੇ ਉਹ ਸੱਚੇ ਸਪੂਤ ਸਨ ਜਿਹੜੇ ਮਿੱਟੀ ਦੇ ਕੱਚੇ ਢਾਰਿਆਂ ਵਿੱਚੋਂ ਉੱਠ ਕੇ ਆਪਣੀ ਲਗਨ, ਮਿਹਨਤ, ਇਮਾਨਦਾਰੀ ਤੇ ਦੂਰਅੰਦੇਸ਼ੀ ਦੇ ਬਲਬੂਤੇ ਰਾਸ਼ਟਰਪਤੀ ਭਵਨ ਤੱਕ ਪਹੁੰਚੇ ਸਨ। ਭਾਰਤ ਪ੍ਰਤੀ ਉਹਨਾਂ ਦੀ ਪ੍ਰਤੀਬੱਧਤਾ ਤੇ ਲੋਕਾਂ ਤੋਂ ਮਿਲੇ ਅਥਾਹ ਪਿਆਰ ਕਰਕੇ ਹੀ ਉਹ ਇਸ ਦੇਸ਼ ਦੇ ਪਹਿਲੇ ਨਾਗਰਿਕ ਬਣ ਗਏ, ਉਹ ਵੀ ਇੱਕ ਅਜਿਹੀ ਇਤਿਹਾਸਕ ਤੇ ਰਿਕਾਰਡ ਤੋੜ ਜਿੱਤ ਨਾਲ ਜਿਸ ਦੀ ਪਹਿਲਾਂ ਜਾਂ ਬਾਅਦ ਵਿੱਚ ਵੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਉਹ ਅਜਿਹੀ ਹਰਮਨ ਪਿਆਰੀ ਸ਼ਖਸੀਅਤ ਸਨ ਕਿ ਨਾ ਸਿਰਫ ਉਹਨਾਂ ਦੀ ਆਪਣੀ ਪਾਰਟੀ ਨੇ ਸਗੋਂ ਵਿਰੋਧੀ ਪਾਰਟੀਆਂ ਨੇ ਵੀ ਉਹਨਾਂ ਦੇ ਨਾਂ ਉੱਤੇ ਮੋਹਰ ਲਾਉਣ ਲਈ ਉਤਸਾਹ ਵਿਖਾਇਆ। 5 ਮਈ 1916 ਨੂੰ ਪੰਜਾਬ ਦੇ ਮਾਲਵੇ ਖੇਤਰ ਦੇ ਇੱਕ ਨਿੱਕੇ ਜਿਹੇ ਪਿੰਡ ਸੰਧਵਾਂ ਵਿੱਚ ਪਿਤਾ ਕਿਸ਼ਨ ਸਿੰਘ ਤੇ ਮਾਤਾ ਦਇਆ ਕੌਰ ਦੇ ਘਰ ਪੈਦਾ ਹੋਈ ਇਹ ਸ਼ਖਸੀਅਤ ਮਾਨਵੀ ਕਦਰਾਂ ਕੀਮਤਾਂ ਦਾ ਅਜਿਹਾ ਚਾਨਣ ਮੁਨਾਰਾ ਸੀ ਜੋ ਸਹਿਜ ਰੂਪ ਵਿੱਚ ਹੀ ਮਾਨਵਤਾ ਦਾ ਰਾਹ ਰੁਸ਼ਨਾਉਂਦਾ ਰਿਹਾ। ਪਿੰਡ ਸੰਧਵਾਂ ਤੋਂ ਫਰੀਦਕੋਟ 8 ਕਿਲੋਮੀਟਰ ਹੈ ਤੇ ਕੋਟਕਪੂਰਾ ਤੋਂ ਸੰਧਵਾ 3 ਕਿਲੋਮੀਟਰ ਉੱਤੇ ਸਥਿਤ ਹੈ। ਇਹ ਉਹ ਧਰਤੀ ਹੈ ਜਿਸ ਨੂੰ ਬਾਬਾ ਫਰੀਦ, ਸ਼ਕਰਗੰਜ ਵਰਗੇ ਸੂਫੀ ਸੰਤਾਂ ਦੀ ਚਰਨਛੋ ਪ੍ਰਾਪਤ ਹੈ ਤੇ ਜਿਸ ਦੀ ਫਿਜ਼ਾ ਵਿੱਚ ਸੰਤ ਮਹਾਤਮਾ ਤੇ ਗੁਰੂਆਂ ਪੀਰਾਂ ਦੇ ਉਪਦੇਸ਼ ਰੁਮਕ ਰਹੇ ਨੇ। ਅਜਿਹੀ ਮਿੱਟੀ ਨੇ ਪੈਦਾ ਕੀਤਾ ਸੀ ਗਿਆਨੀ ਜ਼ੈਲ ਸਿੰਘ ਵਰਗਾ ਸਮਰੱਥ ਵਿਅਕਤਿਤਵ। ਗੁਰਬਾਣੀ ਵਿੱਚ ਗਹਿਰੀ ਆਸਥਾ ਰੱਖਣ ਵਾਲੇ ਗਿਆਨੀ ਜ਼ੈਲ ਸਿੰਘ ਮੂਲ ਬਿਰਤੀ ਵਜੋਂ ਹੀ ਕਿਰਤ ਪ੍ਰੇਮੀ ਸਨ। ਇੱਕ ਗ੍ਰੰਥੀ ਵਜੋਂ ਆਪਣਾ ਜੀਵਨ ਸ਼ੁਰੂ ਕਰਨ ਵਾਲੇ ਇਸ ਵਿਅਕਤਿਤਵ ਨੇ ਸਹਿਜ ਰੂਪ ਵਿੱਚ ਹੀ ਵਿਹਾਰ ਤੇ ਵਿਚਾਰ ਦੀਆਂ ਉਹਨਾਂ ਸਿਖਰ ਤਰੰਗਾਂ ਨੂੰ ਪਾ ਲਿਆ ਸੀ ਜਿਹੜੀਆਂ ਗੁਰਬਾਣੀ ਦੀ ਮਹਾਂਦ੍ਰਿਸ਼ਟੀ ਵਿੱਚੋਂ ਪ੍ਰਕਾਸ਼ਮਾਨ ਹੁੰਦੀਆਂ ਨੇ। ਉਹ ਆਪਣੇ ਬਾਰੇ ਖੁਦ ਹੀ ਕਹਿੰਦੇ ਸਨ, ਮੈਂ ਆਪਣੇ ਹੱਥੀਂ ਹਰ ਕੰਮ ਕਰ ਸਕਦਾ, ਮੈਂ ਕਦੇ ਵੀ ਕੋਈ ਕੰਮ ਅੱਧੇ ਮਨ ਨਾਲ ਨਹੀਂ ਕਰਦਾ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਕੰਮ ਮੈਨੂੰ ਆਉਂਦਾ ਹੈ ਉਸਨੂੰ ਮੈਂ ਆਪ ਕਰਾਂ ਅਤੇ ਕਦੇ ਵੀ ਉਸਨੂੰ ਅਧੂਰਾ ਨਾ ਛੱਡਾਂ। ਆਪਣੇ ਕੰਮ ਪ੍ਰਤੀ ਸੰਪੂਰਨ ਸਮਰਪਣ ਦੀ ਇਸ ਭਾਵਨਾ ਨੇ ਹੀ ਗਿਆਨੀ ਜ਼ੈਲ ਸਿੰਘ ਨੂੰ ਸੁਤੰਤਰਤਾ ਸੈਨਾਨੀ ਤੋਂ ਸਮਾਜ ਸੁਧਾਰਕ ਅਤੇ ਜਨਤਕ ਆਗੂ ਬਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ, ਦੇਸ਼ ਦੇ ਗ੍ਰਹਿ ਮੰਤਰੀ ਅਤੇ ਫਿਰ ਰਾਸ਼ਟਰਪਤੀ ਦੇ ਅਹੁਦੇ ਤੱਕ ਸਹਿਜੇ ਹੀ ਪਹੁੰਚਾ ਦਿੱਤਾ। ਛੋਟੀ ਸੀ ਜਗ੍ਹਾ ਸੇ ਉਠਾ ਔਰ ਬੜੇ ਆਦਮੀ ਸੀ, ਮੇਰੀ ਜਾਣਕਾਰੀ ਹੋ ਗਈ ਤੋ ਕੁਛ ਬਾਤੋਂ ਕੋ ਮੈਂ ਜਾਣਤਾ ਹੂੰ। ਮੈਂ ਬਹੁਤ ਸੈਟਿਸਫਾਈ ਰਹਾ ਚੀਫ ਮਿਨਿਸਟਰੀ ਨੇ ਵੀ ਔਰ ਮੁਝੇ ਪੂਰੀ ਕੋਆਪਰੇਸ਼ਨ ਮਿਲੀ ਲੋਕਾਂ ਕੀ ਵੀ ਨੇਤਾਓਂ ਕੀ ਅਮਨ ਔਰ ਸ਼ਾਂਤੀ ਸੇ ਮੇਰਾ ਸਮੇਂ ਨਿਕਲਾ ਔਰ ਹੋਮ ਮਿਨਿਸਟਰੀ ਕੇ ਬਾਅਦ 2 ਮਹੀਨੇ ਮੇਰੇ ਮਨ ਨੂੰ ਬਹੁਤ ਫਿਕਰ ਰਹਾ ਔਰ ਚਿੰਤਾ ਰਹੀ ਕਿ ਇਹ ਬਹੁਤ ਬੜਾ ਕੰਮ ਹੈ, ਮੈਂ ਕੈਸੇ ਸੰਭਾਲੂ। ਈਸ਼ਵਰ ਕੀ ਕਿਰਪਾ ਸੇ ਫਿਰ ਜਿਤਨੀ ਦੇਰ ਮੈਂ ਰਹਾ ਹੋਮ ਮਿਨਿਸਟਰ ਮੈਂ ਸੈਟਿਸਫਾਈਡ ਹਾਂ। ਇਤਨਾ ਖੁਸ਼ ਨਹੀਂ ਥਾ ਜਿਤਨਾ ਆਜ ਹੂੰ, ਕਿਉਂਕਿ ਆਜ ਇਸ ਲਈ ਖੁਸ਼ ਹੂੰ ਕਿ ਰਾਸ਼ਟਰਪਤੀ ਬਣਨ ਸੇ ਮੈਨੂੰ ਮੇਰੇ ਸਾਰੇ ਦੇਸ਼ ਕਾ ਪ੍ਰਕਾਸ਼ ਹੋ ਗਿਆ। ਉਹ ਮਾਤ ਭੂਮੀ ਦੇ ਉਸ ਨਿਸ਼ਕਾਮ ਸੇਵਕ ਵਜੋਂ ਜਾਣੇ ਗਏ ਜਿਨ੍ਹਾਂ ਦਾ ਉਦੇਸ਼ ਕੁਝ ਬਣਨਾ ਨਹੀਂ ਕੁਝ ਕਰਨਾ ਹੁੰਦਾ ਹੈ। ਇਸੇ ਕਰਕੇ ਉਹ ਵਿਸ਼ਵ ਆਗੂਆਂ ਦੀ ਉਸ ਪੀੜ੍ਹੀ ਵਿੱਚ ਗਿਣੇ ਜਾਂਦੇ ਨੇ
ਜਿਨ੍ਹਾਂ ਨੂੰ ਧਰਤੀ ਪੁੱਤਰਾਂ ਦੀ ਸੰਗਿਆ ਦਿੱਤੀ ਜਾਂਦੀ ਹੈ। ਇਹਨਾਂ ਵਿੱਚ ਇਬਰਾਹਿਮ ਲਿੰਕਨ, ਲਿਓਨਿਦ ਬ੍ਰੈਜਨੇਵ ਅਤੇ ਲਾਲ ਬਹਾਦੁਰ ਸ਼ਾਸਤਰੀ ਵਰਗੀਆਂ ਸ਼ਖਸੀਅਤਾਂ ਸ਼ਾਮਿਲ ਸਨ। ਮਿਹਨਤੀ ਸੁਭਾਅ ਅਤੇ ਦਿਆਲੂ ਦਿਲ ਵਾਲੇ ਗਿਆਨੀ ਜ਼ੈਲ ਸਿੰਘ ਲਈ ਦੇਸ਼ ਦਾ ਦਰਦ ਅਸਹਿ ਸੀ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਸਮੇਂ ਗਿਆਨੀ ਜੀ ਜਵਾਨੀ ਦੀ ਤਹਿਲੀਜ਼ ਉੱਤੇ ਸਨ। ਉਹਨਾਂ ਦੇ ਸੰਵੇਦਨਸ਼ੀਲ ਮਨ ਨੇ ਸ਼ਹੀਦਾਂ ਦੇ ਪੈਰਚਨਾਂ ਉੱਤੇ ਚੱਲਣ ਦਾ ਪ੍ਰਣ ਲਿਆ ਅਤੇ ਪਿੰਡ ਪਿੰਡ ਜਾ ਕੇ ਆਜ਼ਾਦੀ ਲਈ ਅਲਖ ਜਗਾਉਣ ਦੀ ਯਾਤਰਾ ਆਰੰਭ ਕਰ ਦਿੱਤੀ। ਇਸ ਵੇਲੇ ਉਹ ਇਲਾਕੇ ਦੇ ਇਨਕਲਾਬੀ ਆਗੂਆਂ ਦੇ ਸੰਪਰਕ ਵਿੱਚ ਆਏ। ਸੁਤੰਤਰਤਾ ਲਈ ਸੰਘਰਸ਼ ਦੇ ਰਾਹ ਉੱਤੇ ਚੱਲਦਿਆਂ ਉਹਨਾਂ ਨੂੰ ਮਹਾਰਾਜਾ ਫਰੀਦਕੋਟ ਦੇ ਜ਼ੁਲਮ ਸਹਿਣੇ ਪਏ। ਬਗਾਵਤ ਦੇ ਦੋਸ਼ ਅਧੀਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 5 ਸਾਲ ਲਈ 1938 ਤੋਂ 1943 ਤੱਕ ਜੇਲ੍ਹ ਵਿੱਚ ਡੱਕ ਕੇ ਘੋਰ ਤਸੀਹੇ ਦਿੱਤੇ ਗਏ। ਇਹਨਾਂ ਦਿਨਾਂ ਵਿੱਚ ਉਹਨਾਂ ਦੇ ਮਾਤਾ ਜੀ ਕਾਫ਼ੀ ਬਿਮਾਰ ਸਨ। ਗਿਆਨੀ ਜੀ ਦੇ ਦੋਸਤਾਂ ਅਤੇ ਨੇੜਲੇ ਸੰਬੰਧੀਆਂ ਨੇ ਜੇਲ੍ਹ ਅਧਿਕਾਰੀਆਂ ਤੱਕ ਪਹੁੰਚ ਕੀਤੀ ਕਿ ਗਿਆਨੀ ਜੀ ਨੂੰ ਮਾਤਾ ਜੀ ਨੂੰ ਮਿਲਣ ਲਈ ਰਿਹਾਅ ਕਰ ਦਿੱਤਾ ਜਾਵੇ। ਅਧਿਕਾਰੀ ਜ਼ਮਾਨਤ ਉੱਤੇ ਰਿਹਾਅ ਕਰਨ ਲਈ ਤਿਆਰ ਹੋ ਗਏ, ਪਰ ਮੁਆਫ਼ੀ ਮੰਗਣ ਦੀ ਸ਼ਰਤ ਨਾਲ। ਗਿਆਨੀ ਜੀ ਨੇ ਸਪਸ਼ਟ ਰੂਪ ਵਿੱਚ ਕਿਹਾ, ਮੈਂ ਕਿਉਂ ਮੰਗਾਂ ਮੁਆਫ਼ੀ? ਮੈਂ ਕੋਈ ਅਜਿਹਾ ਗੁਨਾਹ ਨਹੀਂ ਕੀਤਾ ਕਿ ਮੈਨੂੰ ਮੁਆਫ਼ੀ ਮੰਗਣੀ ਪਵੇ। ਫਿਰ ਕਦੇ ਵੀ ਮਾਤਾ ਜੀ ਦੇ ਨਾਲ ਉਹਨਾਂ ਦਾ ਮੇਲ ਨਾ ਹੋ ਸਕਿਆ, ਪਰ ਹਾਲਾਤ ਨੇ ਉਹਨਾਂ ਨੂੰ ਇੱਕ ਅਜਿਹਾ ਬਹਾਦੁਰ, ਮਜ਼ਬੂਤ ਅਤੇ ਲੜਾਕੂ ਯੋਧਾ ਬਣਾ ਦਿੱਤਾ ਜਿਹੜਾ ਜ਼ੁਲਮ ਦੇ ਖਿਲਾਫ ਡਟ ਸਕਦਾ ਸੀ। ਅੰਗਰੇਜ਼ ਸਰਕਾਰ ਦੇ ਪਿੱਠੂ ਮਹਾਰਾਜਾ ਫਰੀਦਕੋਟ ਦੇ ਖਿਲਾਫ ਸੰਘਰਸ਼ ਦੇ ਦਿਨਾਂ ਵਿੱਚ ਹੀ ਉਹਨਾਂ ਦਾ ਨਾਂ ਜਰਨੈਲ ਸਿੰਘ ਤੋਂ ਜ਼ੈਲ ਸਿੰਘ ਹੋ ਗਿਆ ਸੀ। ਜੇਲ੍ਹ ਜਾਣ ਸਮੇਂ ਆਪਣੇ ਕਾਵਿਕ ਅੰਦਾਜ਼ ਵਿੱਚ ਜਰਨੈਲ ਸਿੰਘ ਨੂੰ ਜ਼ੈਲ ਸਿੰਘ ਉਚਾਰ ਕੇ ਉਹਨਾਂ ਨੇ ਖੁਦ ਹੀ ਆਪਣਾ ਨਾਂ ਬਦਲ ਲਿਆ ਸੀ। ਇਸ ਦਾ ਜ਼ਿਕਰ ਗ੍ਰਹਿ ਮੰਤਰੀ ਹੁੰਦਿਆਂ ਪਾਰਲੀਮੈਂਟ ਵਿੱਚ ਜੇਲ੍ਹ ਸੁਧਾਰਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਖੁਦ ਹੀ ਕੀਤਾ ਸੀ। ਜਦੋਂ ਪ੍ਰਜਾ ਮੰਡਲ ਲਹਿਰ ਸਿਖਰਾਂ ਉੱਤੇ ਸੀ ਤਾਂ ਗਿਆਨੀ ਜ਼ੈਲ ਸਿੰਘ ਉਹਨਾਂ ਆਜ਼ਾਦੀ ਘੁਲਾਟੀਆਂ ਵਿੱਚੋਂ ਸਨ ਜਿਨ੍ਹਾਂ ਨੇ ਫਰੀਦਕੋਟ ਰਿਆਸਤ ਵਿੱਚ ਘਰ ਘਰ ਤਿਰੰਗਾ ਚਲਾਉਣ ਦੀ ਮੁਹਿੰਮ ਆਰੰਭ ਕੀਤੀ। ਮਹਾਰਾਜਾ ਫਰੀਦਕੋਟ ਨੇ ਇਸ ਨੂੰ ਵੀ ਬਗਾਵਤ ਕਰਾਰ ਦਿੱਤਾ। ਪੰਜਾਬੀਆਂ ਦੀ ਇਸ ਦਲੇਰੀ ਭਰੀ ਕਾਰਵਾਈ ਦੀ ਚਰਚਾ ਸਾਰੇ ਦੇਸ਼ ਵਿੱਚ ਚੱਲੀ। ਪੰਡਿਤ ਨਹਿਰੂ ਇਸ ਵਿੱਚ ਸ਼ਾਮਿਲ ਹੋਣ ਲਈ ਫਰੀਦਕੋਟ ਆਏ ਅਤੇ ਤਿਰੰਗਾ ਲਹਿਰਾਉਣ ਦੀ ਕਾਰਵਾਈ ਵਿੱਚ ਆਪ ਵੀ ਸ਼ਾਮਿਲ ਹੋਏ। ਇਹ ਗਿਆਨੀ ਜ਼ੈਲ ਸਿੰਘ ਦੀ ਪੰਡਿਤ ਨਹਿਰੂ ਨਾਲ ਪਹਿਲੀ ਨੇੜਤਾ ਸੀ ਅਤੇ ਦੂਸਰੀ ਜੇਲ੍ਹ ਯਾਤਰਾ। ਇਸ ਸੰਘਰਸ਼ ਨੇ ਗਿਆਨੀ ਜ਼ੈਲ ਸਿੰਘ ਨੂੰ ਦੇਸ਼ ਵਿਆਪੀ ਆਗੂ ਬਣਾ ਦਿੱਤਾ। ਦੇਸ਼ ਆਜ਼ਾਦ ਹੋਇਆ। ਗਿਆਨੀ ਜ਼ੈਲ ਸਿੰਘ 1948 ਵਿੱਚ ਪੈਪਸੂ, ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਦੇ ਪਹਿਲੇ ਮਾਲ ਮੰਤਰੀ ਬਣੇ। ਫਿਰ 1951 ਵਿੱਚ PWD ਮੰਤਰੀ ਅਤੇ ਖੇਤੀਬਾੜੀ ਮੰਤਰੀ ਰਹੇ। ਇੱਕ ਚਮਤਕਾਰੀ ਅਤੇ ਗਤੀਸ਼ੀਲ ਆਗੂ ਵਜੋਂ ਜਾਣੇ ਜਾਂਦੇ ਗਿਆਨੀ ਜ਼ੈਲ ਸਿੰਘ 1955 ਵਿੱਚ ਪੈਪਸੂ ਕਾਂਗਰਸ ਕਮੇਟੀ ਦੇ ਪ੍ਰਧਾਨ ਚੁਣੇ ਗਏ ਅਤੇ ਜਦੋਂ 1 ਨਵੰਬਰ 1956 ਨੂੰ ਪੈਪਸੂ ਨੂੰ ਪੰਜਾਬ ਵਿੱਚ ਸ਼ਾਮਿਲ ਕਰ ਲਿਆ ਗਿਆ ਤਾਂ ਗਿਆਨੀ ਜ਼ੈਲ ਸਿੰਘ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਬਣ ਗਏ। ਇਸੇ ਸਾਲ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਗਿਆ ਅਤੇ ਉਹ 1962 ਤੱਕ ਰਾਜ ਸਭਾ ਵਿੱਚ ਰਹੇ। 1962 ਦੀਆਂ ਆਮ ਚੋਣਾਂ ਵਿੱਚ ਫਰੀਦਕੋਟ ਤੋਂ ਵਿਧਾਨ ਸਭਾ ਲਈ ਚੁਣੇ ਗਏ ਅਤੇ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ। ਵਿਆਪਕ ਯੋਗਤਾ, ਚੰਗੇ ਸੁਭਾਅ ਅਤੇ ਨਿਮਰਤਾ ਵਰਗੇ ਗੁਣਾਂ ਸਦਕਾ ਸੱਤਾ ਅਤੇ ਕਾਮਯਾਬੀ ਹਮੇਸ਼ਾ ਗਿਆਨੀ ਜ਼ੈਲ ਸਿੰਘ ਦੇ ਆਸ ਪਾਸ ਹੀ ਰਹੀ। ਭਾਵੇਂ ਚੰਡੀਗੜ੍ਹ ਹੋਵੇ ਅਤੇ ਭਾਵੇਂ ਦਿੱਲੀ, ਉਹਨਾਂ ਨੂੰ ਜਨ ਸਧਾਰਨ ਦੀਆਂ ਭਾਵਨਾਵਾਂ ਪੜ੍ਹਨੀਆਂ ਆਉਂਦੀਆਂ ਸਨ। ਪੰਜਾਬ ਦੀ ਆਮ ਜਨਤਾ ਦੇ ਦਿਲਾਂ ਵਿੱਚ ਗਿਆਨੀ ਜ਼ੈਲ ਸਿੰਘ ਦੀ ਜਗ੍ਹਾ ਰਾਖਵੀਂ ਸੀ। ਇਸੇ ਕਰਕੇ ਇਹ ਅਚੰਭਾ ਨਹੀਂ ਸੀ ਕਿ 1972 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਨੇ ਵੱਡੀ ਜਿੱਤ ਹਾਸਿਲ ਕੀਤੀ ਅਤੇ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। ਆਜ਼ਾਦ ਭਾਰਤ ਵਿੱਚ ਉਹ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਸਿਰਫ ਦੂਸਰੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ 5 ਸਾਲ ਪੂਰੇ ਕੀਤੇ।
ਜਿਵੇਂ ਮਹਾਤਮਾ ਗਾਂਧੀ ਜੀ ਨੇ 10 ਸਤੰਬਰ 1931 ਨੂੰ ਦੇਸ਼ ਵਿੱਚੋਂ ਗਰੀਬੀ ਖਤਮ ਕਰਨ ਦਾ ਸੁਪਨਾ ਲੈਂਦਿਆਂ ਯੰਗ ਇੰਡੀਆ ਵਿੱਚ ਮੇਰੇ ਸੁਪਨਿਆਂ ਦਾ ਭਾਰਤ ਰੇਖਾਂਕਿਤ ਕੀਤਾ ਸੀ, ਇਵੇਂ ਹੀ ਮੁੱਖ ਮੰਤਰੀ ਬਣਨ ਉਪਰੰਤ ਗਿਆਨੀ ਜ਼ੈਲ ਸਿੰਘ ਨੇ ਮੇਰੇ ਸੁਪਨਿਆਂ ਦਾ ਪੰਜਾਬ ਲਿਖ ਕੇ ਪੰਜ ਦਰਿਆਵਾਂ ਦੀ ਇਸ ਧਰਤੀ ਤੋਂ ਗਰੀਬੀ ਦੀ ਰੇਖਾ ਨੂੰ ਮਿਟਾਉਣ ਦਾ ਸੰਕਲਪ ਲਿਆ ਸੀ। ਹਰ ਖੇਤ ਵਿੱਚ ਹਰਿਆਲੀ, ਹਰ ਘਰ ਵਿੱਚ ਖੁਸ਼ਹਾਲੀ ਤੇ ਹਰ ਚਿਹਰੇ ਤੇ ਲਾਲੀ। ਇਹਨਾਂ ਸਾਲਾਂ ਵਿੱਚ ਹੀ ਪੰਜਾਬ ਖੇਤੀ ਉਤਪਾਦਨ ਵਿੱਚ ਪਹਿਲੇ ਨੰਬਰ ਦਾ ਰਾਜ ਬਣਿਆ। ਪੰਜਾਬ ਵਿੱਚ ਪਿੰਡਾਂ ਵਿੱਚ ਫੋਕਲ ਪੁਆਇੰਟਾਂ ਦੀ ਸਥਾਪਨਾ ਕਰਕੇ ਵੱਡੀਆਂ ਸਨਅਤਾਂ ਦੀ ਵਿਆਪਕ ਬੁਨਿਆਦ ਰੱਖੀ ਗਈ। ਛੋਟੀਆਂ ਸਨਅਤਾਂ ਲਈ ਸਾਜ਼ਗਾਰ ਮਾਹੌਲ ਬਣਿਆ ਤੇ ਘਰ ਘਰ ਵਿੱਚ ਘਰੇਲੂ ਉਦਯੋਗ ਲੱਗੇ। ਬਿਜਲੀ ਉਤਪਾਦਨ ਵਿੱਚ 10 ਗੁਣਾ ਵਾਧਾ ਹੋਇਆ ਤੇ ਪਿੰਡ ਪਿੰਡ ਪਹੁੰਚੀ ਬਿਜਲੀ ਨੇ ਪੰਜਾਬ ਦੇ ਸਾਰੇ ਪਿੰਡਾਂ ਨੂੰ ਜਗਮਗਾ ਦਿੱਤਾ। ਪੰਜਾਬ ਵਿੱਚ ਨਹਿਰਾਂ ਤੇ ਰਜਵਾਏ ਪੱਕੇ ਕਰਨ ਦਾ ਕਾਰਜ ਵੀ ਉਹਨਾਂ ਨੇ ਹੀ ਪਹਿਲੀ ਵਾਰ ਸ਼ੁਰੂ ਕਰਵਾਇਆ। ਪੰਜਾਬ ਵਿੱਚ ਥਰਮਲ ਤੇ ਹਾਈਡਲ ਪ੍ਰੋਜੈਕਟਾਂ ਤੋਂ ਪ੍ਰਾਪਤ ਹੋਣ ਵਾਲੀ ਬਿਜਲੀ ਦਾ ਉਤਪਾਦਨ 2 ਗੁਣਾ ਹੋ ਗਿਆ। ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਖੁਦ ਮੁਖਤਾਰੀ ਦਿੱਤੀ ਗਈ। ਦੇਸ਼ ਦੀ ਆਜ਼ਾਦੀ ਦੀ ਸਿਲਵਰ ਜੁਬਲੀ ਪੰਜਾਬ ਵਿੱਚ ਧੂਮਧਾਮ ਨਾਲ ਮਨਾਈ ਗਈ। ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਜੀ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਗਿਆ ਤੇ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਤਾਮਰ ਪੱਤਰ ਭੇਂਟ ਕੀਤੇ ਗਏ। ਇਤਿਹਾਸਿਕ ਜਲ੍ਹਿਆਂਵਾਲੇ ਬਾਗ ਦੀ ਸਾਂਭ ਸੰਭਾਲ ਤੇ ਸਜਾਵਟੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਮੁਦਕੀ, ਫਿਰੋਜ਼ ਸ਼ਾਹ, ਸਭਰਾਵਾਂ ਤੇ ਚੇਲਿਆਂਵਾਲਾ ਦੀਆਂ ਸਿੱਖ ਐਂਗਲੋ ਜੰਗਾਂ ਦੀ ਯਾਦਗਾਰ ਬਣਾਉਣ ਦੀ ਬੁਨਿਆਦ ਵੀ ਰੱਖੀ ਗਈ। ਸਰਬ ਧਰਮ ਸਨਮਾਨ ਦੇ ਆਦਰਸ਼ਾਂ ਉੱਤੇ ਚੱਲਦਿਆਂ ਉਹਨਾਂ ਨੇ ਰਾਮ ਤੀਰਥ, ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਪਵਿੱਤਰ ਅਸਥਾਨਾਂ ਨੂੰ ਸ਼ਰਧਾਲੂਆਂ ਲਈ ਹੋਰ ਦਿਲਕਸ਼ ਬਣਾਉਣ ਲਈ ਅਨੇਕਾਂ ਕਾਰਜ ਕਰਵਾਏ। ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਲੜਾਈ ਉਪਰੰਤ ਮੁਗਲਾਂ ਨਾਲ ਲੋਹਾ ਲੈਂਦੇ ਹੋਏ ਜਿਨ੍ਹਾਂ ਰਾਹਾਂ ਉੱਤੇ ਚੱਲ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੱਕ ਪਹੁੰਚੇ ਸਨ, ਉਹਨਾਂ ਰਾਹਾਂ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਮ ਦੇ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਜੰਗਜੂ ਵਿਰਸੇ ਦੇ ਮਾਰਗ ਵਜੋਂ ਤਾਜ਼ਾ ਕਰ ਦਿੱਤਾ। ਫਰੀਦਕੋਟ ਸ਼ਹਿਰ ਨੂੰ ਪੰਜਾਬ ਦਾ 12ਵਾਂ ਜ਼ਿਲ੍ਹਾ ਬਣਾਇਆ ਗਿਆ। ਮੁੱਖ ਮੰਤਰੀ ਬਣਨ ਤੋਂ ਕੁਝ ਮਹੀਨੇ ਬਾਅਦ ਹੀ ਉਹਨਾਂ ਨੇ 22 ਜੁਲਾਈ 1972 ਨੂੰ ਕਿਹਾ ਸੀ, ਅਗਲੇ ਸਾਲ ਦੇ ਆਜ਼ਾਦੀ ਦਿਵਸ ਤੱਕ 1,75,000 ਬੇਘਰੇ ਪਰਿਵਾਰਾਂ ਲਈ ਘਰ ਬਣਾ ਕੇ ਦੇਣਾ ਪੰਜਾਬ ਸਰਕਾਰ ਦੀ ਜ਼ਿੰਮੇਦਾਰੀ ਹੋਏਗੀ। ਸੱਚਮੁੱਚ ਇਹ ਟੀਚਾ 15 ਅਗਸਤ 1973 ਨੂੰ ਪੂਰਾ ਕਰ ਲਿਆ ਗਿਆ ਸੀ। ਉਹਨਾਂ ਨੇ ਰਿਕਸ਼ਿਆਂ ਨੂੰ ਇੰਜਨ ਨਾਲ ਚਲਾਉਣ ਦੀ ਯੋਜਨਾ ਵੀ ਬਣਾਈ, ਕਿਉਂਕਿ ਉਹਨਾਂ ਨੂੰ ਰਿਕਸ਼ੇ ਉੱਤੇ ਵਿਅਕਤੀ ਨੂੰ ਵਿਅਕਤੀ ਵੱਲੋਂ ਖਿੱਚਣਾ ਚੰਗਾ ਨਹੀਂ ਸੀ ਲੱਗਦਾ। ਆਪਣੀ ਗੱਲਬਾਤ ਤੇ ਸੰਬੋਧਨ ਵਿੱਚ ਸ਼ਾਇਰੀ ਨੂੰ ਸ਼ਾਮਿਲ ਕਰਨਾ ਉਹ ਕਦੇ ਨਾ ਭੁੱਲਦੇ। 1980 ਵਿੱਚ ਇੰਦਰਾ ਗਾਂਧੀ ਦੇ ਦੁਬਾਰਾ ਸੱਤਾ ਵਿੱਚ ਆਉਣ ਉਪਰੰਤ ਗਿਆਨੀ ਜ਼ੈਲ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਬਣੇ। 24 ਅਪ੍ਰੈਲ 1981 ਨੂੰ ਫਿਰਕੂ ਸਦਭਾਵਨਾ ਅਤੇ ਕੌਮੀ ਏਕਤਾ ਕਮੇਟੀ ਦੀ ਸਥਾਪਨਾ ਕੀਤੀ ਗਈ। ਇਸ ਕਮੇਟੀ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਜੀ ਨੇ ਕਿਹਾ, ਭਾਰਤ ਉਹਨਾਂ 94 ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਘੱਟ ਗਿਣਤੀਆਂ ਅਮਨ ਅਮਾਨ ਅਤੇ ਸੁਰੱਖਿਆ ਦੇ ਮਾਹੌਲ ਵਿੱਚ ਰਹਿੰਦੀਆਂ ਨੇ ਅਤੇ ਭਾਰਤ ਦਾ ਸੰਵਿਧਾਨ ਕਿਸੇ ਧਰਮ, ਜਾਤੀ, ਫਿਰਕੇ ਅਤੇ ਭਾਸ਼ਾ ਦੇ ਭੇਦਭਾਵ ਤੋਂ ਬਿਨਾਂ ਇਸ ਦੀ ਗਰੰਟੀ ਦਿੰਦਾ ਹੈ। 25 ਜੁਲਾਈ 1982 ਨੂੰ ਗਿਆਨੀ ਜ਼ੈਲ ਸਿੰਘ ਦਾ ਦੇਸ਼ ਦੇ 7ਵੇਂ ਰਾਸ਼ਟਰਪਤੀ ਬਣਨਾ ਦੇਸ਼ ਦੀ ਆਮ ਜਨਤਾ ਦਾ ਸਨਮਾਨ ਮੰਨਿਆ ਗਿਆ। ਹਮਾਰਾ ਰਾਸ਼ਟਰ ਪ੍ਰਗਤੀ ਕੇ ਰਾਸਤੇ ਪਰ ਆਗੇ ਬੜਾ ਹੈ ਔਰ ਅਬ ਹਮੇ ਨਾ ਕੇਵਲ ਇਸ ਪ੍ਰਗਤੀ ਕੀ ਗਤੀ ਕੋ ਬਰਕਰਾਰ ਰੱਖਣਾ ਹੈ ਬਲਕਿ ਹਮੇ ਔਰ ਵੀ ਤੇਜ਼ ਕਰਨਾ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਸੀ, ਗਿਆਨੀ ਜ਼ੈਲ ਸਿੰਘ ਜਨਤਾ ਦੇ ਜਨ ਹਨ, ਇਸ ਕਰਕੇ ਉਹਨਾਂ ਦਾ ਸਨਮਾਨ ਦੇਸ਼ ਦੀ ਜਨਤਾ ਦਾ ਸਨਮਾਨ ਹੈ। ਉੱਗੇ ਪੱਤਰਕਾਰ ਖੁਸ਼ਵੰਤ ਸਿੰਘ ਨੇ ਉਹਨਾਂ ਬਾਰੇ ਇਸ ਤਰ੍ਹਾਂ ਕਿਹਾ ਸੀ, ਰਾਜਨੀਤਿਕ ਭ੍ਰਿਸ਼ਟਾਚਾਰ ਦੇ ਇਸ ਦੌਰ ਵਿੱਚ ਗਿਆਨੀ ਜ਼ੈਲ ਸਿੰਘ ਅਜਿਹੇ ਵਿਅਕਤੀ ਨੇ ਜਿਨ੍ਹਾਂ ਉੱਪਰ ਕੋਈ ਉਂਗਲ ਨਹੀਂ ਉਠਾ ਸਕਦਾ ਕਿ ਉਹਨਾਂ ਨੇ ਕਦੇ ਆਪਣੇ ਹਿੱਤ ਲਈ ਆਪਣੇ ਅਹੁਦੇ ਨੂੰ ਵਰਤਿਆ ਹੋਵੇ।
ਉਹਨਾਂ ਦੇ ਗੁਣਾਂ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਸਿਰਫ ਚੰਗੇ ਰਾਸ਼ਟਰਪਤੀ ਹੀ ਨਹੀਂ ਸਗੋਂ ਇੱਕ ਮਹਾਨ ਰਾਸ਼ਟਰਪਤੀ ਵੀ ਹੋਣਗੇ। ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਸਿਰਫ 2 ਘੰਟੇ ਬਾਅਦ ਹੀ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਅਰਦਾਸ ਕਰਨ ਲਈ ਚੱਲ ਪਏ ਸਨ। ਕੁਛ ਦਿਨਾਂ ਬਾਅਦ ਜਦੋਂ ਉਹ ਰੇਸ ਕੋਰਸ ਰੋਡ ਵਾਲੇ ਬੰਗਲੇ ਵਿੱਚੋਂ ਰਾਸ਼ਟਰਪਤੀ ਭਵਨ ਵਿੱਚ ਰਹਿਣ ਲਈ ਗਏ ਤਾਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਨੂੰ ਉਹ ਆਪ ਸਤਿਕਾਰ ਸਹਿਤ ਆਪਣੇ ਸਿਰ ਉੱਪਰ ਚੁੱਕ ਕੇ ਰਾਸ਼ਟਰਪਤੀ ਭਵਨ ਪਹੁੰਚੇ ਸਨ। ਅਜਿਹੀ ਧਾਰਮਿਕ ਆਸਥਾ ਅਤੇ ਮਾਨਵਤਾ ਦੀ ਸੇਵਾ ਦਾ ਸੰਕਲਪ ਉਹਨਾਂ ਦਾ ਸਹਿਜ ਸੀ ਜਿਸ ਨੂੰ ਉਹਨਾਂ ਨੇ ਬਖੂਬੀ ਨਿਭਾਇਆ। ਰਾਸ਼ਟਰਪਤੀ ਭਵਨ ਵਿੱਚ ਉਹਨਾਂ ਦਾ ਕਾਰਜਕਾਲ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਮਹਿਮਾਨ ਨਵਾਜ਼ੀ ਦੀਆਂ ਵਿਲੱਖਣ ਪਿਰਤਾਂ ਪਾਉਣ ਵਾਲਾ ਇਹ ਸਮਾਂ ਵਿਦੇਸ਼ੀ ਆਗੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਆਪਣੇ ਵਿਦੇਸ਼ੀ ਦੌਰਿਆਂ ਨੂੰ ਯਾਦਗਾਰੀ ਬਣਾਉਣਾ ਅਤੇ ਵਿਦੇਸ਼ੀ ਆਗੂਆਂ ਦੀਆਂ ਭਾਰਤ ਫੇਰੀਆਂ ਨੂੰ ਵਿਸ਼ੇਸ਼ ਦਿੱਖ ਪ੍ਰਦਾਨ ਕਰਨਾ ਗਿਆਨੀ ਜ਼ੈਲ ਸਿੰਘ ਦਾ ਵਿਸ਼ੇਸ਼ ਹਾਸਿਲ ਹੈ। ਪੰਜਾਬ ਦੇ ਹਾਲਾਤ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਉਹਨਾਂ ਦੇ ਕਾਰਜਕਾਲ ਦੀਆਂ ਸਭ ਤੋਂ ਦੁਖਦਾਈ ਘਟਨਾਵਾਂ ਸਨ ਜਿਨ੍ਹਾਂ ਦਾ ਉਹਨਾਂ ਦੇ ਮਨ ਉੱਤੇ ਗਹਿਰਾ ਪ੍ਰਭਾਵ ਪਿਆ। ਨੀਲਾ ਤਾਰਾ ਓਪਰੇਸ਼ਨ ਉਪਰੰਤ ਉਹ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਉਹਨਾਂ ਦੇ ਚਿਹਰੇ ਦੇ ਪ੍ਰਭਾਵਾਂ ਵਿੱਚ ਅਨੇਕਾਂ ਪ੍ਰਸ਼ਨ ਤੈਰ ਰਹੇ ਸਨ। ਕੋਈ ਵੀ ਕਿਸੇ ਧਰਮ ਨੂੰ ਮੰਨਦਾ ਹੋਵੇ, ਕੋਈ ਵੀ ਉਹਦਾ ਅਕੀਦਾ ਹੋਵੇ, ਇਬਾਦਤ ਕਰਨ ਦਾ ਕੋਈ ਵੀ ਢੰਗ ਹੋਵੇ, ਪਰ ਇਨਸਾਨਾਂ ਦੀ ਜ਼ਾਤ ਇੱਕੋ ਸਮਝੋ। ਗੁਰੂ ਦਸਮ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਰਿਆ ਹੋਇਆ ਇਹ ਸ਼ਬਦ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ। ਉਹਨਾਂ ਕਿਹਾ ਸੀ ਕੋ ਭਇਓ ਮੁੰਡਿਆ ਸੰਨਿਆਸੀ, ਕੋਈ ਜੋਗੀ ਭਇਓ, ਕੋ ਬ੍ਰਹਮਚਾਰੀ, ਕੋ ਜਤੀ ਅਨਮਾਨ ਬੋ ਹਿੰਦੂ ਔਰ ਤੁਰਕ ਕੋ ਰਾਫੀ ਇਮਾਮ ਸਾਫੀ, ਮਾਨਸ ਕੀ ਜ਼ਾਤ ਸਭੀ ਇੱਕ ਹੈ ਪਹਿਚਾਨ ਬੋ। ਇੱਕ ਸਹਿਣਸ਼ੀਲ ਤੇ ਦਿਆਲੂ ਮਨ ਗਹਿਰੀ ਕਸ਼ਮਕਸ਼ ਵਿੱਚ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਹੱਤਿਆ ਤੇ ਦੇਸ਼ ਭਰ ਵਿੱਚ ਹੋਏ ਸਿੱਖ ਕਤਲੇਆਮ ਨੇ ਧਰਮ ਕਰਮ ਦੇ ਇਸ ਪੁੰਜ ਨੂੰ ਵਲੂੰਦਰ ਕੇ ਰੱਖ ਦਿੱਤਾ। ਗਿਆਨੀ ਜੀ ਸੇ ਮੇਰੀ ਪਹਿਲੀ ਮੁਲਾਕਾਤ ਹੋਈ ਜਬ ਵੋ ਮੁਲਕ ਕੇ ਹੋਮ ਮਿਨਿਸਟਰ ਥੇ। ਮੈਂ ਇੱਕ ਛੋਟਾ ਸਾ ਰਿਪੋਰਟਰ ਸਾ, ਨਯਾ ਨਯਾ ਰਿਪੋਰਟਰ ਬਣਾ ਥਾ। ਪਹਿਲੀ ਬਾਤ ਮੈਨੇ ਸਿੱਖੀ ਮੁਸ਼ਕਿਲ ਹਾਲਾਤ ਮੈਂ ਕੈਸੇ ਖੁਸ਼ ਰਹਿਣਾ ਹੈ, ਮੁਸਕੁਰਾਤੇ ਰਹਿਣਾ ਹੈ, ਯੇ ਮੈਨੇ ਗਿਆਨੀ ਜੀ ਸੇ ਸਿੱਖਾ। ਜਬ ਵੋ ਰਾਸ਼ਟਰਪਤੀ ਬਣੇ ਤੋ ਵੀ ਉਤਨੇ ਸਹਿਜ ਥੇ, ਉਨਕਾ ਸਵਭਾਵ ਜ਼ਰਾ ਵੀ ਨਹੀਂ ਬਦਲਾ ਥਾ। ਮੈਂ ਤਬ ਤੱਕ ਮੈਗਜ਼ੀਨ ਕਾ ਐਡੀਟਰ ਬਣ ਗਿਆ ਥਾ, ਲੇਕਿਨ ਉਨਮੇ ਇੱਕ ਆਪਣਾਪਨ ਥਾ, ਵੋ ਆਪਣਾਪਨ ਆਜਕਲ ਬਹੁਤ ਕਮ ਦੇਖਣੇ ਕੋ ਮਿਲਤਾ ਹੈ। ਮੈਨੇ ਪਹਿਲੀ ਵਾਰ ਗਿਆਨੀ ਜੀ ਕੋ ਦੁਖੀ ਜਬ ਦੇਖਾ ਜਬ ਓਪਰੇਸ਼ਨ ਬਲੂ ਸਟਾਰ ਹੁਆ ਥਾ, ਆਰਮੀ ਕੋ ਗੋਲਡਨ ਟੈਂਪਲ ਮੇਂ ਘੁਸਨਾ ਪੜਾ ਥਾ। ਇਸ ਘਟਨਾ ਕੇ ਬਾਅਦ ਗਿਆਨੀ ਜੀ ਸਵਰਨ ਮੰਦਿਰ ਗਏ, ਤਬ ਉਨਕੀ ਆਂਖੋਂ ਮੇਂ ਮੈਨੇ ਪਹਿਲੀ ਵਾਰ ਆਂਸੂ ਦੇਖੇ, ਲੇਕਿਨ ਉਨ੍ਹੋਂ ਨੇ ਆਪਣੇ ਇਮੋਸ਼ਨ ਕੋ ਕਭੀ ਆਪਣੀ ਸਿਆਸਤ ਪਰ ਰਿਫਲੈਕਟ ਨਹੀਂ ਹੋਣੇ ਦਿਆ। ਜਬ ਇੰਦਰਾ ਜੀ ਕਾ ਅਸੈਸਨੇਸ਼ਨ ਹੁਆ, ਉਸਕੇ ਵਕਤ ਆਇਆ ਰਾਜੀਵ ਗਾਂਧੀ ਕੋ ਪ੍ਰਧਾਨ ਮੰਤਰੀ ਬਣਾਨੇ ਕਾ, ਤੋ ਬਹੁਤ ਸਾਰੇ ਅਫਵਾਹੀ ਥੀ। ਕੁਛ ਲੋਕ ਕਹਿ ਰਹੇ ਥੇ ਕਿ ਗਿਆਨੀ ਜ਼ੈਲ ਸਿੰਘ ਸ਼ਾਇਦ ਰਾਜੀਵ ਜੀ ਕੋ ਸ਼ਪਥ ਦਿਲਾਨੇ ਸੇ ਇਨਕਾਰ ਕਰਦੇ, ਉਸ ਸਮੇਂ 84 ਕੇ ਰਾਈਟਸ ਹੋਏ ਥੇ। ਲੇਕਿਨ ਗਿਆਨੀ ਜੀ ਨੇ ਸਭ ਬਾਤੋਂ ਗਲਤ ਸਾਬਿਤ ਕਰ ਦਿਆ, ਉਨਕੇ ਸਾਹਮਣੇ ਉਨਕਾ ਫਰਜ਼ ਸਭ ਸੇ ਪਹਿਲੀ ਚੀਜ਼ ਥੀ। ਗਿਆਨੀ ਜ਼ੈਲ ਸਿੰਘ ਕੀ ਸਭ ਸੇ ਬੜੀ ਤਾਕਤ ਥੀ ਉਨਕਾ ਦਿਲ, ਬੱਚੋਂ ਕੀ ਤਰ੍ਹਾਂ ਸਾਫ਼ ਥਾ, ਉਨਮੇਂ ਕੋਈ ਛਲ ਕਪਟ ਨਹੀਂ ਥਾ, ਔਰ ਇਸ ਸਰਲਤਾ ਨੇ ਉਨ੍ਹੇ ਇਤਨਾ ਬੜਾ ਬਣਾਇਆ। ਆਜ ਕੇ ਵਕਤ ਮੇਂ ਗਿਆਨੀ ਜ਼ੈਲ ਸਿੰਘ ਜੈਸੇ ਨੇਤਾਓਂ ਕੀ ਜ਼ਰੂਰਤ ਹੈ ਜੋ ਸਭ ਕੋ ਸਾਥ ਲੇਕਰ ਚਲੇ। ਆਪਣੇ ਦਿਲ ਉੱਤੇ ਪੱਥਰ ਰੱਖ ਕੇ ਸਹਿਣ ਕੀਤੀਆਂ ਇਹਨਾਂ ਘਟਨਾਵਾਂ ਨੂੰ ਭੁਲਾ ਪਾਉਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ ਹੋ ਸਕਦਾ। ਦਰਦ ਦਾ ਇੱਕ ਦਰਿਆ ਸਹਿਣਸ਼ੀਲਤਾ ਦੇ ਸਹਿਜ ਵਿੱਚ ਵਗਦਾ ਰਿਹਾ। ਗਿਆਨੀ ਜੀ ਨੇ ਆਪਣੀ ਜ਼ਿੰਦਗੀ ਇੱਕ ਛੋਟੇ ਜਿਹੇ ਪਿੰਡ ਤੋਂ ਆਮ ਮਨੁੱਖ ਵਜੋਂ ਸ਼ੁਰੂ ਕੀਤੀ।
अपनी मेहनत लगन सिदक अते लोकां नाल जुड़े रहन दी चाहना करके ओ देश दे सर्वोच्च अहुदे राष्ट्रपति दे अहुदे तक पहुँचे। उन्हां नूं जिंदगी विच वड्डा माण अते सत्कार मिलिया। इस दा एक कारण यह कहा जा सकता है कि वह हमेशा उन्हां दा वतीरा हाँ पक्की सी पॉजिटिव सी। उन्होंने देश की आज़ादी विच वड्डा योगदान पाया जिस करके उन्होंने लंबे समय तक जेल यात्रा भी करनी पई, उन्होंने तसीहे भी चलने पे, पर उन्होंने अपनी शख्सियत नू हमेशा लगन वाली दृढ़ इरादे वाली बनाई रखिया। उन्हां दी शख्सियत हमेशा बड़ी बैलेंस रही और हमेशा उस उन्हां दी सराहना उन्हां दे कम्मां दी हुंदी रही। चाहे उन्हां नू अपने जीवन विच बहुत सारियां औकड़ां भी आईयां, बहुत सारियां चुनौतियां भी आईयां। उन्हां दे राष्ट्रपति हुंदिया ब्ल्यू स्टार ऑपरेशन होया, श्रीमती इंदिरा गांधी दा कतल होया, 1984 विच सिख विरोधी दंगे होए जिन्हां विच हज़ारां सिख मारे गए। उस तो बाद भी उन्होंने अपने ढंग तरीके नाल इस सारी सिचुएशन नू इस हालात नू संभालन दा यतन कीता। उन्हां दे मन विच बहुत रोस भी सी पर उन्हां दी बहुत वड्डी एक जिम्मेवारी सी जिस नू उन्होंने अपना काम करदिआं बाखूबी निभाया। इसे विच ही उन्हां दी शख्सियत दी पछाण कीती जांदी है। इसे करके उन्होंने अज भी लोग प्यार नाल याद करते हैं। भारतीय राजनीति दे इस निवेकले हस्ताक्षर दी पैर चाप राजनीति दे रावां उत्ते अपनी डूंगी पैर छड़दी हुई अपने सफर दीआं सौगंधियां नूं अजे माण ही रही सी कि 29 नवंबर 1994 नूं कीरतपुर साहब नेड़े होए एक कार हादसे ने उन्हां नूं अणहोणी दे आलम विच भेज दिता। 25 दिसंबर 1994 नूं PGI चंडीगढ़ दीआं दवावां ते देशवासियां दीआं दुआवां भी होणी दे सामने हार गईआं ते पंजाब दा ए महान सपूत अपनी अंतिम यात्रा नूं निकल तुरिया। ज्ञानी जेल सिंह जी बड़े खुले मन के व्यक्ति थे। उनसे बराबर भेंट होती रहती थी और मुझसे वो बहुत ही व्यक्तिगत घनिष्ठ बातें भी किया करते थे, राजनीति के अलावा भी। और जब वो राष्ट्रपति नहीं रहे उसके बाद भी वो संपर्क बराबर बने रहे। मुझे इस बात की बड़ी खुशी है कि वो भारतीय भाषाओं के बड़े पक्के समर्थक थे। मेरी पुस्तक जो भारतीय भाषाओं के समर्थन में लिखी गई थी उसको वो बार बार पढ़ते थे और जगह जगह उसको उद्धृत करते थे। उनका उत्साह था गरीबों के लिए, वंचितों के लिए, दलितों के लिए, पिछड़ों के लिए और अपने देश के उस वर्ग के लोगों के लिए जिनकी ज़्यादा सुनवाई व्यवस्था या प्रतिष्ठान के द्वारा कम होती रही। इस मायने में वो एक तरह से भारत की जनता के राष्ट्रपति थे। सादा जीवन ते धर्म कर्म विच अकीदा रखण वाले ज्ञानी जैल सिंह अपने परिवार नूं हमेशा सादी रहनी बहनी दी प्रेरणा दिंदे सन। ज्ञानी जी एक गुरु नूं कहिंदे हुंदे सी जिगन दस्या किसे नाल धक्का नहीं करना, किसे नाल वैर विरोध नहीं करना, वोटां दा मसला वखरा ते इहदे च उन्हां दीआं सपुत्रियां दे मन विच उन्हां दी तस्वीर कुछ इस तरह है। मैं अपने पिता जी नूं बहुत मिस करदी हां और उन्हां दी शक्ति ते उन्हां दी उच्ची सोच नूं याद करके बड़ी बार महसूस करदी हां कि किहे जे घर विच जन्म लै के उन्हां ने जिथे कोई रिश्तेदार भी तगड़ा नहीं सी
ਅਤੇ ਕੋਈ ਮਦਦ ਕਰਨ ਵਾਲਾ ਵੀ ਨਹੀਂ ਸੀ। ਉਹਨਾਂ ਦੇ ਪਿਤਾ ਜੀ ਇੱਕ ਖੇਤੀਬਾੜੀ ਕਰਨ ਵਾਲੇ ਕਿਸਾਨ ਸਨ, ਪਰ ਗੁਰਬਾਣੀ ਨਾਲ ਬਹੁਤ ਪਿਆਰ ਹੋਣ ਕਰਕੇ ਵਾਹਿਗੁਰੂ 'ਤੇ ਭਰੋਸਾ ਰੱਖਦੇ ਸੀ। ਮੇਰੇ ਪਿਤਾ ਜੀ ਨੇ ਆਜ਼ਾਦੀ ਲਈ ਅੰਗਰੇਜ਼ਾਂ ਦੀ ਲੜਾਈ ਲੜੀ ਔਰ ਰਾਜਾਂ ਨਾਲ ਵੀ ਲੜਾਈ ਲੜੀ। ਮੇਰੇ ਪਿਤਾ ਆਜ਼ਾਦੀ ਦੇ ਮਹਾਨ ਘੁਲਾਟੀਏ ਰਹੇ। ਉਹ ਕੌਮੀ ਏਕਤਾ ਦੇ ਬਹੁਤ ਹੀ ਪੱਕੇ ਇਨਸਾਨ ਸਨ, ਇੱਕ ਧਾਰਮਿਕ ਆਦਮੀ ਔਰ ਰੱਬ ਤੋਂ ਡਰਨ ਵਾਲੇ। ਉਹਨਾਂ ਦੇ ਮਨ ਬਹੁਤ ਨਰਮ ਸੀਗਾ, ਕਿਸੇ ਨੂੰ ਦੁਖੀ ਦੇਖ ਕੇ, ਜਿਸ ਤਰ੍ਹਾਂ ਕਿ ਉਹ ਕਹਿੰਦੇ ਸੀ ਕੋਈ ਕੰਮ ਵੀ ਕਰੋ ਜ਼ਿੰਦਗੀ 'ਚ, ਉਹਨੂੰ ਉਸ ਕੰਮ ਨੂੰ ਚੋਟੀ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੋ, ਔਰ ਉਹ ਸਾਰਿਆਂ ਤੋਂ ਵੱਖਰਾ ਹੀ ਹੋਣਾ ਚਾਹੀਦਾ। ਆਪਣੀ ਦੇਸ਼ ਭਗਤੀ ਲਈ, ਆਪਣੀ ਇਮਾਨਦਾਰੀ ਲਈ, ਆਪਣੀ ਦਲੇਰੀ ਲਈ, ਹਿੰਮਤ ਹੌਸਲੇ ਲਈ, ਆਪਣੀ ਦੂਰਦਰਸ਼ੀ ਲਈ, ਆਪਣੀ ਸਿਆਸਤ ਸੋਚ ਰੱਖਣ ਦੇ ਲਈ, ਆਪਣੀ ਐਡਮਿਨਿਸਟ੍ਰੇਸ਼ਨ ਗੁੱਡ ਐਡਮਿਨਿਸਟ੍ਰੇਸ਼ਨ 'ਚ ਹੋਣ ਲਈ, ਸਪੋਰਟਸਮੈਨਸ਼ਿਪ ਲਈ ਉਹ ਦੇਸ਼ ਵਿੱਚ ਮਸ਼ਹੂਰ ਹੋਏ। ਦਿੱਲੀ ਦੇ ਰਾਸ਼ਟਰੀ ਸਿਮਰਤੀ ਪਾਰਕ ਵਿੱਚ ਉਹਨਾਂ ਦੀ ਯਾਦਗਾਰ ਨੂੰ ਏਕਤਾ ਸਥਲ ਦਾ ਨਾਮ ਦਿੱਤਾ ਗਿਆ, ਜੋ ਇਸ ਦੇਸ਼ ਵਿੱਚ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਭਾਈਚਾਰਕ ਏਕਤਾ ਹੀ ਉਹਨਾਂ ਦਾ ਉਦੇਸ਼ ਸੀ। ਉਹਨਾਂ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਦੀ ਮਦਦ ਨਾਲ ਉਹਨਾਂ ਦੇ ਜਨਮ ਅਸਥਾਨ ਨੂੰ ਯਾਦਗਾਰ ਵਿੱਚ ਬਦਲਣ ਦਾ ਕਾਰਜ ਆਰੰਭ ਕੀਤਾ ਗਿਆ, ਪਰ ਇਸ ਦੀ ਰਫ਼ਤਾਰ ਬਹੁਤ ਧੀਮੀ ਹੈ। 1938 ਤੋਂ 1943 ਤੱਕ ਦੇ 5 ਸਾਲ ਗਿਆਨੀ ਜੀ ਨੇ ਇਸ ਕਾਲ ਕੋਠੜੀ ਵਿੱਚ ਗੁਜ਼ਾਰੇ। ਉਹ ਹੁਣ ਇਸ ਹਾਲਤ ਵਿੱਚ ਹੈ। ਸੁਤੰਤਰਤਾ ਸੈਨਾਨੀਆਂ ਨੂੰ ਤਾਮਰ ਪੱਤਰ ਦੇਣ ਦੀ ਪਰੰਪਰਾ ਸ਼ੁਰੂ ਕਰਨ ਵਾਲਾ ਅਤੇ ਦੇਸ਼ ਭਗਤਾਂ ਨੂੰ ਲੋਕਾਂ ਦੇ ਮਨਾਂ ਵਿੱਚ ਦੁਬਾਰਾ ਜ਼ਿੰਦਾ ਕਰਨ ਵਾਲਾ ਇੰਨਾ ਚਰਚਿਤ ਅਤੇ ਸਮਰੱਥ ਵਿਅਕਤਿਤਵ ਖੁਦ ਇੰਨਾ ਅਣਗੌਲਿਆ ਕਿਉਂ ਹੈ? ਇਸ ਦਾ ਜਵਾਬ ਸਿਰਫ ਰਾਜਨੀਤੀ ਕੋਲ ਹੈ, ਪਰ ਗਿਆਨੀ ਜ਼ੈਲ ਸਿੰਘ ਦੀ ਰਾਜਨੀਤਿਕ ਵਿਰਾਸਤ ਇਸ ਬਾਰੇ ਚੁੱਪ ਹੈ। ਉਹਨਾਂ ਦੀ ਪਰਿਵਾਰਕ ਵਿਰਾਸਤ ਵਿੱਚੋਂ ਕੋਈ ਵੀ ਰਾਜਨੀਤੀ ਵਿੱਚ ਨਹੀਂ ਹੈ। ਡਾਕਟਰ ਗਿਆਨੀ ਜ਼ੈਲ ਸਿੰਘ ਨੇ ਆਪਣੇ ਕਿਸੇ ਵੀ ਸੰਬੰਧੀ ਨੂੰ ਰਾਜਨੀਤੀ ਵੱਲ ਕਿਉਂ ਨਹੀਂ ਤੋਰਿਆ? ਇਸ ਸਵਾਲ ਦੇ ਅਰਥ ਅਜੋਕੀ ਰਾਜਨੀਤੀ ਦੇ ਸੰਦਰਭ ਵਿੱਚ ਕੱਢਣ ਦਾ ਯਤਨ ਕੀਤਾ ਜਾਵੇ ਤਾਂ ਇਸ ਦੇ ਬਹੁਤ ਗਹਿਰੇ ਪਾਸਾਰ ਖੁੱਲ੍ਹਦੇ ਨੇ, ਜਿਹੜੇ ਆਖਿਰਕਾਰ ਇੱਕੋ ਫਿਕਰੇ ਉੱਤੇ ਸਿਮਟ ਜਾਂਦੇ ਨੇ ਕਿ ਰਾਜਨੀਤੀ ਨੂੰ ਨਵੀਆਂ ਸਿਖਰਾਂ ਵਿਖਾਉਣ ਵਾਲਾ ਅਜਿਹਾ ਵਿਅਕਤਿਤਵ ਕਦੇ ਕਦੇ ਹੀ ਧਰਤੀ ਉੱਤੇ ਆਉਂਦਾ ਹੈ, ਜਿਸ ਦੀ ਸੰਵੇਦਨਾ ਨੂੰ ਸਮਝਣਾ ਅਤੇ ਜਿਸ ਦੇ ਕਾਰਜਾਂ ਤੋਂ ਅਗਵਾਈ ਲੈਣਾ ਬਹੁਤ ਵੱਡਾ ਮਹੱਤਵ ਰੱਖਦਾ ਹੈ।